ਸਤਿਸੰਗ ਜੀ ਗੁਰੂ ਮਹਾਰਾਜ ਦੀ ਬੁਲਾਓ ਫਤਿਹ ਸਾਰਿਆਂ ਨੇ ਗੱਜ ਵੱਜ ਕੇ ਆਖੋ ਜੀ ਦਿਓ ਪਿਆਰ ਦਾ ਸਬੂਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਸੰਗ ਜੀ ਦਸ਼ਮੇਸ਼ ਪਿਤਾ ਗੁਰੂ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਇਸ ਜਗ੍ਹਾ ਦੋ ਵਾਰ ਪਾਏ ਹਨ ਪਹਿਲੀ ਵਾਰ ਜਦੋਂ ਗੁਰੂ ਸਾਹਿਬ ਖਦਰਾਣੇ ਦੀ ਜੰਗ ਤੋਂ ਬਾਅਦ ਰੁਪਾਣੇ ਵਿੱਚ ਦੀ ਹੁੰਦੇ ਹੋਏ ਇਸ ਜਗ੍ਹਾ ਆਏ ਤਾਂ ਇਸ ਜਗ੍ਹਾ ਆ ਕੇ ਉਹਨਾਂ ਨੇ ਆਪਣਾ ਜਦੋਂ ਪੜਾਓ ਡਾਲਿਆ ਤਾਂ ਇਸ ਨਗਰ ਦੀਆਂ ਸੰਗਤਾਂ ਨੇ ਅਤੇ ਸਿੰਘਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਇੱਥੇ ਪਾਣੀ ਦੀ ਬਹੁਤ ਕਿੱਲਤ ਹੈ ਅਤੇ ਇਹ ਸਾਡੀ ਦੁਬਧਾ ਦੂਰ ਕਰੋ ਗੁਰੂ ਸਾਹਿਬ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਾ ਹੋਇਆ ਧਰਤੀ ਦੇ ਸੀਨੇ ਵਿੱਚ ਇੱਕ ਤੀਰ ਮਾਰਿਆ ਜਿੱਥੋਂ ਕਿ ਪਾਣੀ ਦਾ ਚਸ਼ਮਾ ਫੁੱਟਿਆ ਵੇਖਦੇ ਹੀ ਵੇਖਦਿਆਂ ਜਿਹੜੀ ਨਾਲ ਢਾਬ ਸੁੱਕੀ ਪਈ ਸੀ ਉਹ ਪਾਣੀ ਦੇ ਨਾਲ ਭਰ ਗਈ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੋਇਆ ਅੱਜ ਵੀ ਉਸ ਜਗ੍ਹਾ 'ਤੇ ਖੂਹੀ ਬਣੀ ਹੋਈ ਹੈ ਦੂਸਰੀ ਬੇਨਤੀ ਸੰਗਤਾਂ ਨੇ ਇਹ ਕੀਤੀ ਸੀਗੀ ਕਿ ਇੱਥੇ ਜੋ ਵੀ ਬੱਚਾ ਪੈਦਾ ਹੁੰਦਾ ਉਹ ਸੋਕੜੇ ਰੋਗ ਤੋਂ ਪੀੜਤ ਹੁੰਦਾ ਹੈ ਅਤੇ ਉਹ ਬੱਚਾ ਬਚਦਾ ਨਹੀਂ ਗਾ ਅਤੇ ਅਕਾਲ ਚਲਾਣਾ ਕਰ ਜਾਂਦਾ ਹੈ ਗੁਰੂ ਸਾਹਿਬ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਇਆ ਉਹਨਾਂ ਨੇ ਨਾਲ ਦੂਜਾ ਵਾਰ ਦਿੱਤਾ ਕਿ ਜੋ ਵੀ ਪ੍ਰਾਣੀ ਬੱਚਾ ਕਿਸੇ ਵੀ ਬਿਮਾਰੀ ਤੋਂ ਪੀੜਤ ਹੈ ਉਹ ਇਸ ਖੂਹੀ ਦੇ ਪਾਣੀ ਦੇ ਨਾਲ ਇਸ਼ਨਾਨ ਕਰੇਗਾ ਔਰ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦਾ ਹੋਇਆ ਗੁਰੂ ਘਰ ਦੀ ਸੇਵਾ ਕਰੇਗਾ ਸ਼ਰਧਾ ਭਾਵਨਾ ਦੇ ਨਾਲ ਉਸ ਦੇ ਸਾਰੇ ਦੁੱਖ ਦਿਲੇ ਦਰ ਦੂਰ ਹੋ ਜਾਣਗੇ ਗੁਰੂ ਸਾਹਿਬ ਦੇ ਇਹ ਵਚਨ ਅੱਜ ਵੀ ਪੂਰੇ ਹੁੰਦੇ ਹਨ ਇੱਥੇ ਗੁਰੂ ਸਾਹਿਬ ਦੇ ਇੱਕ ਸੇਵਕ ਰਹਿੰਦੇ ਸਨ ਭਾਈ ਮੋਹਰੀ ਜੀ ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਮਾਣ ਵਡਿਆਈ ਬਖਸ਼ਦੇ ਹੋਏ ਉਹਨਾਂ ਨੂੰ ਵਡਿਆਈ ਇਹ ਦਿੱਤੀ ਕਿ ਜਿੱਥੋਂ ਤੱਕ ਭਾਈ ਮੋਹਰੀ ਜੀ ਫੇਰੀ ਕਰਨਗੇ ਉਨੀ ਫੇਰੀ ਦੇ ਅੰਦਰ ਅੰਦਰ ਕੋਈ ਵੀ ਉਪਰੀ ਹਵਾ ਜਾਂ ਆਤਮਾ ਦਾ ਵਾਸਾ ਨਹੀਂ ਹੋਵੇਗਾ ਔਰ ਇਹ ਨਗਰ ਤੰਦਰੁਸਤੀ ਦੇ ਨਾਲ ਵਸਦਾ ਫੁੱਲਦਾ ਵੱਧਦਾ ਰਹੇਗਾ ਇਹ ਹੈ ਜੀ ਇੱਥੋਂ ਦਾ ਇਤਿਹਾਸ ਦਿਓ ਇਜਾਜ਼ਤ ਫਿਰ ਮਿਲਾਂਗੇ ਆਪਾਂ ਗੁਰੂ ਸਾਹਿਬ ਦੇ ਅਗਲੇ ਗੁਰਦੁਆਰੇ ਅਗਲੇ ਇਤਿਹਾਸ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਕਤ ਪਏ ਸੇਵ ਤੋਂ ਮੁਕਤ ਪਏ ਸੇਵ ਤੋਂ ਦੂਜਾ ਨਾਹੀਂ ਰੀ ਕੋ ਦੂਜਾ ਨਾਹੀਂ ਰੀ ਕੋ ਦੂਜਾ ਨਾਹੀਂ ਰੀ ਕੋ ਦੂਜਾ ਨਾਹੀਂ ਰੀ